ਵੇਖ ਤਕਦੀਰੇ ਮਾਤਾ ਗੁਜਰੀ ਦਹਾਲਨੀ ਪੁੱਤ ਸੁੱਤਾ ਮਾਛੀ ਵਾੜੇ ਕੈਦ ਵਿੱਚ ਲਾਲਨੀ ਪੁੱਤ ਸੁੱਤਾ ਮਾਛੀ ਵਾੜੇ ਕੈਦ ਵਿੱਚ ਲਾਲਨੀ ਵੇਖ ਤਕਦੀਰੇ ਮਾਤਾ ਗੁਜਰੀ ਦਹਾਲਨੀ ਪੁੱਤ ਸੁੱਤਾ ਮਾਛੀ ਵਾੜੇ ਕੈਦ ਵਿੱਚ ਲਾਲਨੀ ਪੁੱਤ ਸੁੱਤਾ ਮਾਛੀ ਵਾੜੇ ਕੈਦ ਵਿੱਚ ਲਾਲਨੀ ਵਾਹਿਗੁਰੂ ਗੁਰੂ ਰੂਪ ਸਤਿਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਸੰਗਤ ਜੀਓ ਆਪ ਜੀ ਸਾਹਿਬੇ ਕਮਾਲ ਮਾਨਵਤਾ ਦੇ ਸੱਚੇ ਸੁੱਚੇ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਲਾਸਾਨੀ ਪਵਿੱਤਰ ਇਤਿਹਾਸ ਨਾਲ ਜੁੜ ਰਹੇ ਹੋ ਜਿਸ ਨੂੰ ਸੁਣਦਿਆਂ ਹੀ ਅੱਖਾਂ ਜਾਰੋ ਜਾਰੋ ਰੋ ਪੈਂਦੀਆਂ ਹਨ ਦਿਲ ਕੰਬ ਉੱਠਦਾ ਹੈ ਰੂਹ ਝੰਜੋੜੀ ਜਾਂਦੀ ਹੈ ਕਿ ਸ਼੍ਰੀ ਦਸਮੇਸ਼ ਮਹਾਰਾਜ ਜੀ ਦੇ ਜੀਵਨ ਦੇ ਇਹ ਕਿਸ ਤਰ੍ਹਾਂ ਦੇ ਕੌਤਕ ਸਨ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆਪ ਜੀ ਨੇ ਪਿਛਲੇ ਦਿਨਾਂ ਵਿੱਚ ਸੁਣਿਆ ਹੈ ਛੋਟੇ ਸਾਹਿਬਜ਼ਾਦਿਆਂ ਦੀਆਂ ਪਰਿਵਾਰ ਦੇ ਨਾਲੋਂ ਵਿਛੜ ਕੇ ਕਿਵੇਂ ਰਾਤਾਂ ਬਤੀਤ ਹੋਈਆਂ ਆਪ ਜੀ ਨੇ ਸੁਣਿਆ ਕਿ ਪਹਿਲੀ ਰਾਤ ਕੁੰਮੇ ਮਾਸ਼ਕੀ ਦੇ ਕੋਲ ਦੂਜੀ ਰਾਤ ਪਿੰਡ ਕਾਈਨੌਰ ਜੰਗਲ ਦੇ ਵਿੱਚ ਉਹਨਾਂ ਬਿਤਾਈ ਤੀਜੀ ਰਾਤ ਉਹਨਾਂ ਨੇ ਕਿਸ ਤਰ੍ਹਾਂ ਜਾ ਕੇ ਗੰਗੂ ਦੇ ਘਰ ਹੋ ਰਹੇ ਚੌਥੀ ਰਾਤ ਦਾ ਜ਼ਿਕਰ ਵੀ ਆਪਾਂ ਨੇ ਕੱਲ੍ਹ ਸੁਣ ਹੀ ਲਿਆ ਹੈ ਕਿ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਪਕੜ ਕੇ ਮਰਿੰਡੇ ਦੇ ਵਿੱਚ ਕੋਤਵਾਲੀ ਵਿੱਚ ਰੱਖਿਆ ਗਿਆ ਗੁਰੂ ਕੇ ਲਾਲਾਂ ਨੂੰ ਮਾਤਾ ਗੁਜਰੀ ਜੀ ਨੂੰ ਗੰਗੂ ਝੂਠੇ ਧੋਖੇਬਾਜ਼ ਨੇ ਕਿਸ ਤਰ੍ਹਾਂ ਫੜਾ ਦਿੱਤਾ ਅੱਗੇ ਅਗਲਾ ਪੰਜਵੀਂ ਅਤੇ ਛੇਵੀਂ ਰਾਤ ਦਾ ਜ਼ਿਕਰ ਜਿਸ ਤਰ੍ਹਾਂ ਹੋਇਆ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪੂਰਾ ਹਾਲ ਆਓ ਆਪਾਂ ਸ਼ਰਧਾ ਦੇ ਨਾਲ ਸਰਵਣ ਕਰੀਏ ਇੱਕ ਵਾਰ ਸਾਰੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਫਿਰ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜਵੀਂ ਰਾਤ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਰਾਤ ਨੂੰ ਹੀ ਇਹ ਖਬਰ ਮਿਲ ਗਈ ਸੀ ਕਿ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਅਤੇ ਦੋ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਦੇ ਵਿੱਚ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ ਇਹ ਖਬਰ ਉਸ ਲਈ ਬਹੁਤ ਖੁਸ਼ੀ ਦੀ ਸੀ ਆਪਣੇ ਸਿਪਾਹੀਆਂ ਨੂੰ ਉਸਨੇ ਰਾਤ ਨੂੰ ਹੀ ਹੁਕਮ ਦੇ ਦਿੱਤਾ ਕਿ ਸਵੇਰੇ ਜਲਦੀ ਤੋਂ ਜਲਦੀ ਮੋਰਿੰਡੇ ਤੋਂ ਗੁਰੂ ਜੀ ਦੀ ਮਾਂ ਅਤੇ ਗੁਰੂ ਜੀ ਦੇ ਪੁੱਤਰਾਂ ਨੂੰ ਲਿਆ ਕੇ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ ਸ਼੍ਰੀ ਗੁਰਪੰਥ ਪ੍ਰਕਾਸ਼ ਦੇ ਅੰਦਰ ਭਾਈ ਰਤਨ ਸਿੰਘ ਪੰਗੂ ਇਸ ਤਰ੍ਹਾਂ ਲਿਖਦੇ ਹਨ ਇਹ ਸੁਣ ਫੌਜ ਨਵਾਬ ਚੜ ਆਈ ਲਏ ਸਿਰਹੰਦ ਉਨ ਟਿਗ ਮੰਗਾਏ ਅਜੇ ਮੂੰਹ ਹਨੇਰਾ ਹੀ ਸੀ ਕਿ ਸਰਹੰਦ ਤੋਂ ਫੌਜੀ ਦਸਤੇ ਦੀ ਧਾੜ ਮੋਰਿੰਡੇ ਆਣ ਪਹੁੰਚੀ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਕੇ ਬੈਲ ਗੱਡੀ ਜਿਹਨੂੰ ਆਪਾਂ ਰੱਥ ਕਹਿ ਦਿੰਦੇ ਹਾਂ ਵਿੱਚ ਬਿਠਾ ਦਿੱਤਾ ਕਾਹਲੀ ਕਾਹਲੀ ਬੜੀ ਜਲਦੀ ਨਾਲ ਵਾਪਸ ਸਰਹੰਦ ਨੂੰ ਚੱਲ ਪਏ ਮਾਤਾ ਜੀ ਤੇ ਸਾਹਿਬਜ਼ਾਦਿਆਂ ਤੇ ਉਹਨਾਂ ਨੇ ਜੋ ਸਖ਼ਤੀ ਕੀਤੀ ਉਹ ਸਖ਼ਤੀ ਦਾ ਜ਼ਿਕਰ ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਇਸ ਤਰ੍ਹਾਂ ਲਿਖਿਆ ਹੈ ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਭਾਈ ਖੋਇਰ ਸਿੰਘ ਜੀ ਪੰਨਾ 191 ਉੱਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪਿਆ ਗਿਆ ਉਸ ਉੱਤੇ ਲਿਖਦੇ ਨੇ ਕਿ ਰਾਹੇ ਕੇ ਗਏ
ਸਿਰੰਦ ਮਝਾਰੀ ਹਾਥਨ ਮੱਧ ਹਥੌੜੀ ਡਾਰੀ ਪਦਮੈ ਤਾਹੇ ਜੰਜੀਰ ਧਰਾਏ ਕੋਈ ਕਹੇ ਬਾਲਨ ਮਰਵਾਏ ਕੋਈ ਕਹੇ ਯਾ ਬੰਦਹਿ ਕੀਜੈ ਕੋਈ ਕਹੇ ਤੁਰਕ ਇਨ ਕੀਜੈ ਮਾਤਾ ਗੋਦ ਬਾਲ ਹੈ ਜੋਈ ਕਰਤ ਵਿਸਾਰਤੀ ਨਹੀਂ ਤੋਈ। ਲਿਖਦੇ ਹਨ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਹੱਥ ਕੜੀਆਂ ਪਾ ਲਈਆਂ, ਪੈਰਾਂ ਵਿੱਚ ਜੰਜੀਰਾਂ ਪਾ ਕੇ ਬੜੀ ਸਖਤੀ ਦੇ ਨਾਲ ਸਖਤ ਪਹਿਰੇ ਦੇ ਹੇਠ ਸਰਹੰਦ ਲਿਜਾਇਆ ਗਿਆ। ਲੋਕ ਦੇਖ ਕੇ ਕਹਿੰਦੇ ਕਿ ਇਹਨਾਂ ਮਾਸੂਮਾਂ ਨੂੰ ਮਾਰ ਦਿੱਤਾ ਜਾਵੇਗਾ, ਕੋਈ ਕਹਿੰਦਾ ਬਿਰਧ ਮਾਤਾ ਅਤੇ ਬਾਲਕਾਂ ਨੂੰ ਕੈਦ ਕਰ ਦੇਣਗੇ, ਕੋਈ ਕੋਈ ਕਹਿੰਦਾ ਹੈ ਕਿ ਇਹਨਾਂ ਨੂੰ ਜਬਰੀ ਮੁਸਲਮਾਨ ਬਣਾ ਲੈਣਗੇ। ਤਿੰਨਾਂ ਦੇ ਚਿਹਰਿਆਂ ਦੇ ਉੱਤੇ ਨੂਰ ਦੇਖ ਕੇ ਲੋਕ ਹੈਰਾਨ ਹੁੰਦੇ, ਦੂਰੋਂ ਤੱਕ ਦੇਖਦੇ ਰਹਿੰਦੇ, ਮਨ ਹੀ ਮਨ ਹਮਦਰਦੀ ਜਤਾਉਂਦੇ। ਦਾਦੀ ਮਾਂ ਨੇ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਗੋਦੀ ਵਿੱਚ ਬਿਠਾ ਲਿਆ। ਮਾਤਾ ਕਿਸੇ ਦਾ ਵਸਾਹ ਨਾ ਕਰਦੀ, ਇਸ ਵਕਤ ਉਸਨੂੰ ਕੋਈ ਅਣਹੋਣੀ ਹੁੰਦੀ ਜਾਪਦੀ ਨਜ਼ਰ ਆਈ। ਮਾਤਾ ਨੇ ਹਿਰਦੇ ਵਿੱਚ ਕਈ ਖਿਆਲ ਲਿਆਂਦੇ, ਕਈ ਖਿਆਲ ਆਏ, ਪਰ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜਰ ਗਈ। ਨਿੱਕੀਆਂ ਜਿੰਦਾਂ ਨੂੰ ਸਿਰੜਦੀਆਂ ਤਲੀਮਾਂ ਦਿੰਦੀ ਦਾਦੀ ਮਾਂ ਦੁੱਖਾਂ ਦੀਆਂ ਵਾਟਾਂ ਨੂੰ ਸ਼ਾਂਤ ਚਿੱਤ ਨਿਬੇੜਦੀ ਗਈ। ਰੱਥ ਚੱਲਦਿਆਂ ਚੱਲਦਿਆਂ ਸਰਹੰਦ ਪਹੁੰਚ ਗਿਆ। ਸਰਹੰਦ ਪਹੁੰਚ ਕੇ ਇੱਕ ਪਿੱਪਲ ਦੇ ਦਰਖਤ ਹੇਠਾਂ ਥੱਲੇ ਜਾ ਖੜਾ ਕੀਤਾ। ਸਿਪਾਹੀ ਨਵਾਬ ਕੋਲੋਂ ਪੁੱਛਣ ਚਲੇ ਗਏ ਕਿ ਗੁਰੂ ਦੇ ਮਾਤਾ ਅਤੇ ਪੁੱਤਰਾਂ ਨੂੰ ਕਿੱਥੇ ਰੱਖਿਆ ਜਾਵੇ। ਦੁੱਨਾ ਸਿੰਘ ਹੰਡੂਰੀਆ ਕਥਾ ਗੁਰੂ ਕੇ ਸੁਤਨ ਵਿੱਚ ਲਿਖਦੇ ਹਨ, ਜਾਏ ਸਿਰੰਦ ਵੜੇ ਜਬ ਹੀ ਤਬ ਆਨ ਸੋ ਪੀਪਲ ਹੇਠ ਬਿਠਾਏ ਪੂਛ ਰਹੇ ਯਹ ਕੌਣ ਸੋ ਬਾਲਕ ਤੋਹੇ ਜੋ ਗੋਦ ਮੈਂ ਕਾਹੇ ਛਿਪਾਏ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਪੁੱਤਰਾਂ ਨੂੰ ਫੜ ਕੇ ਸਰਹਿੰਦ ਲਿਆਂਦਾ ਗਿਆ ਹੈ, ਤਾਂ ਦੇਖਣ ਲਈ ਲੋਕ ਭੀੜਾਂ ਦੇ ਰੂਪ ਵਿੱਚ ਆਉਣ ਲੱਗ ਪਏ। ਰਸਤੇ ਵਿੱਚ ਜਾਣ ਵਾਲੇ ਵੀ ਰੁੱਕ ਕੇ ਦੇਖਣ ਲੱਗੇ। ਉਸ ਵੇਲੇ ਕੁਝ ਤਮਾਸ਼ਗੀਰ ਲੋਕਾਂ ਦਾ ਮਾਨੋ ਕਿ ਇੱਕ ਤਰ੍ਹਾਂ ਮੇਲਾ ਹੀ ਲੱਗ ਗਿਆ। ਮਾਤਾ ਜੀ ਨੂੰ ਲੋਕ ਪੁੱਛਦੇ, ਤੇਰਾ ਨਾਂ ਕੀ ਹੈ, ਤੇਰੀ ਗੋਦੀ ਵਿੱਚ ਬਿਠਾਏ ਬਾਲਕ ਕੌਣ ਹਨ। ਸਾਹਿਬਜ਼ਾਦੇ ਕਹਿੰਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਤੇ ਇਹ ਸਾਡੀ ਦਾਦੀ ਮਾਂ ਹੈ। ਲੋਕ ਇਹਨਾਂ ਤੋਂ ਦਲੇਰੀ ਭਰੇ ਜਵਾਬ ਸੁਣ ਕੇ ਖਾਮੋਸ਼ ਹੋ ਜਾਂਦੇ, ਚੁੱਪ ਹੋ ਜਾਂਦੇ। ਇਹਨਾਂ ਦੇ ਸੋਹਣੇ ਚਿਹਰੇ ਵਾਰ ਵਾਰ ਤੱਕਦੇ ਰਹਿੰਦੇ। ਸਾਰੀ ਭੀੜ ਨੂੰ ਸਿਪਾਹੀ ਪਿੱਛੇ ਹਟਾਉਂਦੇ ਰਸਤਾ ਬਣਾਉਣ ਲੱਗ ਪਏ। ਇਤਨੇ ਸਮੇਂ ਨੂੰ ਕੀ ਦੇਖਦੇ ਹਨ ਕਿ ਵਜ਼ੀਰ ਖਾਨ ਦਾ ਦੀਵਾਨ ਸੁੱਚਾ ਆਨੰਦ, ਜਿਸ ਦਾ ਨਾਮ ਹੈ, ਆ ਰਿਹਾ ਹੈ। ਇਤਿਹਾਸ ਨੇ ਉਹਨੂੰ ਝੂਠਾ ਆਨੰਦ ਕਰਕੇ ਲਿਖਿਆ ਹੈ। ਉਹ ਵੀ ਜੋ ਆਇਆ ਉਹ ਵੀ ਲਿਖੀ ਹੈ। ਭਾਈ ਦੁੱਨਾ ਸਿੰਘ ਜੀ ਲਿਖਦੇ ਹਨ, ਕਹਿੰਦੇ ਚੌਪਈ ਸੁੱਚਾ ਆਨੰਦ ਤਬ ਦੇਖ ਆਇਓ ਤਬ ਮਾਤਾ ਜੀ ਮਨ ਸੁਖ ਪਾਇਓ ਹੇ ਪੁੱਤਰ ਹੋ ਅਬ ਡਰ ਨਹੀਂ ਕੋਈ ਅਬੈ ਛੁਡਾਏ ਲੈਨ ਤੁਮ ਸੋਈ। ਇਸਨੂੰ ਦੇਖ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਹੌਂਸਲਾ ਦਿੱਤਾ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ, ਇਹ ਸੁੱਚਾ ਆਨੰਦ ਆਪਾਂ ਨੂੰ ਛੁਡਾ ਦੇਵੇਗਾ। ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ ਹਿੰਦੂ ਦੀਵਾਨ ਸੁੱਚਾ ਆਨੰਦ ਆ ਰਿਹਾ ਹੈ, ਪਰ ਇਸ ਪਾਪੀ ਨੇ ਤਾਂ ਆਉਂਦੇ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਕਈ ਮਾੜੇ ਬੋਲ ਬੋਲਦੇ ਨੇ, ਕਿਹਾ ਕਹਿੰਦਾ ਕਿ ਨਵਾਬ ਸਾਹਿਬ ਦਾ ਹੁਕਮ ਹੈ, ਇਸ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਵਿੱਚ ਭੇਜ ਦਿਓ ਅਤੇ ਇਹਨਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ। ਇਹ ਖੁਦਗਰਜ਼
ਮਨਹੂਸ ਇਨਸਾਨ ਨਵਾਬ ਦੇ ਤਲੇ ਚੱਟਣ ਵਾਲਾ ਅਤੇ ਉਹਦਾ ਬਹੁਤ ਹੀ ਵੱਡਾ ਚਾਪਲੂਸ ਸੀ। ਲਿਖਿਆ ਹੈ ਕਥਾ ਗੁਰੂ ਕੇ ਸੁਤਨ ਦੇ ਅੰਦਰ ਦੋਹਰਾ, ਮਾਤਾ ਜੀ ਨਿਜ ਸੁਤਨ ਤੇ ਤਵੈ ਜੁਦਾ ਕਰ ਦੀਨ, ਜਾਏ ਬੁਰਜ ਭੀਤਰ ਦਈ ਇਉਂ ਦੁਸ਼ਟਨ ਤਬ ਕੀਨ। ਮਾਤਾ ਜੀ ਨੂੰ ਪੋਤਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ। ਇਹ ਠੰਡਾ ਬੁਰਜ ਹੁਣ ਦੇ ਸਮੇਂ ਵਾਂਗ ਉਹਨਾਂ ਟਾਈਮਾਂ ਵਿੱਚ ਜਿਵੇਂ ਕਹਿ ਲਈਏ ਕਿ ਹੁਣ ਏਸੀ ਰੈਸਟ ਹਾਊਸ ਹੁੰਦਾ ਨਾ, ਇਸ ਤਰ੍ਹਾਂ ਸੀ। ਗਰਮੀਆਂ ਨੂੰ ਨਵਾਬ ਇੱਥੇ ਠਹਿਰਦਾ। ਇਹ ਬੁਰਜ ਬਹੁਤ ਠੰਡਾ ਸੀ। ਇਸਦੇ ਚਾਰ ਚੁਫੇਰੇ ਕੌਲਿਆਂ ਤੋਂ ਬਿਨਾਂ ਕੰਧਾਂ, ਬਿਨਾਂ ਕੌਲੇ ਅਤੇ ਬਿਨਾਂ ਕੰਧਾਂ ਦੇ ਪਰਦੇ ਨਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਠੰਡੀ ਹਵਾ ਆਉਂਦੀ ਰਹਿੰਦੀ ਸੀ। ਇਸਦੀ ਉਚਾਈ ਕਾਫੀ ਜ਼ਿਆਦਾ ਹੁੰਦੀ ਸੀ, ਜਿਹਦੇ ਕਰਕੇ ਹੋਰ ਵੀ ਜ਼ਿਆਦਾ ਠੰਡ ਹੋ ਜਾਂਦੀ। ਸਰਦੀਆਂ ਨੂੰ ਇੱਥੇ ਕਿੰਨੀ ਠੰਡ ਹੋਵੇਗੀ, ਗਰਮੀਆਂ ਨੂੰ ਹੀ ਜਿੱਥੇ ਠੰਡ ਲੱਗਦੀ ਸੀ, ਅਤੇ ਸਰਦੀਆਂ ਵਿੱਚ ਐਸੀਆਂ ਭਿਆਨਕ ਰਾਤਾਂ ਵਿੱਚ ਕੀ ਹੋਏਗਾ, ਇਹ ਆਪ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਲਿਖਿਆ ਹੈ ਸਵਈਆ, ਬਾਲ ਬੁਲਾਏ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ। ਪਹਿਲੇ ਦਿਨ ਹੀ ਜਦੋਂ ਆਏ ਨੇ ਨਾ, ਲਿਆਂਦੇ ਗਏ ਨੇ ਸਾਹਿਬਜ਼ਾਦੇ ਮੁਰਿੰਡੇ ਤੋਂ, ਸਿੱਧੇ ਲਿਆ ਕੇ ਜਿੱਥੇ ਰੱਥ ਕਢਾਇਆ ਸੀ ਉੱਥੋਂ ਮਾਤਾ ਜੀ ਨੂੰ ਉੱਤੇ ਭੇਜ ਦਿੱਤਾ ਠੰਡੇ ਬੁਰਜ ਵਿੱਚ, ਔਰ ਸਾਹਿਬਜ਼ਾਦਿਆਂ ਨੂੰ ਸਿੱਧਾ ਹੀ ਸੂਬੇ ਸਰਹੰਦ ਨੇ ਆਪਣੇ ਕੋਲ ਹੀ ਬੁਲਾ ਲਿਆ ਪਹਿਲੇ ਦਿਨ ਹੀ, ਕਿਉਂਕਿ ਉਹ ਜ਼ਾਲਮ ਇੰਨੀ ਉਡੀਕ ਕਿੱਥੇ ਕਰ ਸਕਦਾ ਸੀ। ਕਹਿੰਦੇ ਨੇ ਵਾਲ ਬੁਲਾਏ ਲਏ ਜਬ ਹੀ ਤਬ ਆਨ ਅਦਾਲਤ ਬੀਚ ਪਠਾਏ, ਦੇਖਤ ਹੈ ਸਭ ਹੀ ਜਗ ਆਏ ਸੋ ਮਾਨੋ ਫੂਲ ਗੁਲਾਬ ਸੁਹਾਏ, ਤਾਹੇ ਮਲੇਸ਼ ਲੱਗੇ ਦੁੱਖ ਦੇਵਨ ਚਾਹਤ ਹੈ ਖਲ ਦੀਨ ਮਿਲਾਏ, ਨਾਹੇ ਮੰਨੈ ਦੁੱਖ ਸੀਸ ਸਹੈ ਦ੍ਰਿੜਤਾ ਹਰ ਆਪ ਦਈ ਤਿੰਨ ਆਏ। ਤੋਹਾਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਲੱਗੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਦੀ ਸੁੰਦਰਤਾ ਨੂੰ ਸਾਰੀ ਕਚਹਿਰੀ ਦੇਖਣ ਲੱਗ ਪਈ ਅਤੇ ਤੱਕਦੀ ਹੀ ਰਹਿ ਗਈ। ਅਮੀਰ ਵਜ਼ੀਰ ਸਾਰੇ ਹੀ ਗੁਲਾਬ ਵਰਗੇ ਕੋਮਲ ਮੁਖੜਿਆਂ ਨੂੰ ਦੇਖਦੇ ਹੀ ਰਹਿ ਗਏ। ਕਚਹਿਰੀ ਵਿੱਚ ਵੜਦਿਆਂ ਹੀ ਦੋਵਾਂ ਗੁਰੂ ਕੇ ਲਾਲਾ ਨੇ ਉੱਚੀ ਆਵਾਜ਼ ਵਿੱਚ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਟੜਵਾਦੀ ਸੋਚ ਵਾਲੇ ਸੁਣ ਕੇ ਸੜ ਕੇ ਕੋਲੇ ਹੋ ਗਏ। ਨਵਾਬ ਵਜ਼ੀਰ ਖਾਂ ਅੰਦਰ ਹੀ ਅੰਦਰ ਰਿੱਝਣ ਲੱਗਾ। ਸੁੱਚਾਨੰਦ ਨੇ ਬੱਚਿਆਂ ਦੇ ਕੋਲ ਆਣ ਕੇ ਕਿਹਾ, ਬੱਚਿਓ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ, ਇੱਥੇ ਇਹਨਾਂ ਦਾ ਹੀ ਹੁਕਮ ਚੱਲਦਾ ਹੈ। ਪਰ ਸਾਹਿਬਜ਼ਾਦਿਆਂ ਕਿਹਾ, ਅਸੀਂ ਆਪਣੇ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਹੀ ਬੁਲਾਵਾਂਗੇ, ਸਿਰ ਝੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ। ਬੱਚਿਆਂ ਨੂੰ ਕਿਹਾ, ਜਿਸ ਦੀ ਫਤਿਹ 'ਤੇ ਤੁਸੀਂ ਇੰਨਾ ਫਕਰ ਕਰਦੇ ਹੋ, ਉਸ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਵਿੱਚ ਮਾਰ ਕੇ ਉਸਦਾ ਅਸੀਸ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਹੈ। ਸਾਹਿਬਜ਼ਾਦਿਆਂ ਨੇ ਕਿਹਾ, ਉਹਨਾਂ ਨੂੰ ਕੌਣ ਮਾਰ ਸਕਦਾ ਹੈ, ਲੋਕ ਪ੍ਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ, ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕਦਾ। ਭਾਰੀ ਤੇ ਜੋਸ਼ ਭਰੇ ਜਵਾਬ ਸੁਣ ਕੇ ਸਾਰੀ ਕਚਹਿਰੀ ਦੇ ਲੋਕ ਬਹੁਤ ਹੈਰਾਨ ਹੋਏ। ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦਲੇਰੀ ਦੀਆਂ ਗੱਲਾਂ ਕਰਨ ਲੱਗ ਪਏ। ਕਈ ਕਹਿੰਦੇ ਇਹ ਬਾਪ ਵਰਗੇ ਹੀ ਨਿਡਰ ਨੇ, ਕਈ ਕਹਿਣ ਲੱਗੇ ਇਹਨਾਂ ਦੇ ਬਾਬੇ ਨੇ ਵੀ ਮਰਨਾ ਕਬੂਲ ਲਿਆ ਸੀ ਪਰ ਧਰਮ ਨਹੀਂ ਸੀ ਬਦਲਿਆ, ਇਹ ਵੀ ਸਲਾਮ ਕਬੂਲ ਨਹੀਂ ਕਰਨਗੇ। ਉਸ ਵੇਲੇ ਭਰੇ ਪੀਤੇ ਵਜ਼ੀਰ ਖਾਨ ਨੇ ਨੀਤੀ ਤੋਂ ਕੰਮ ਲੈਂਦਿਆਂ ਪਿਆਰ ਨਾਲ ਇਸਲਾਮ ਕਬੂਲਣ ਲਈ ਕਿਹਾ। ਸਾਹਿਬਜ਼ਾਦਿਆਂ ਨੂੰ ਬਾਦਸ਼ਾਹੀ ਜ਼ਗੀਰਾਂ, ਮਹਿਲ ਮਾੜੀਆਂ, ਧਨ ਦੌਲਤਾਂ ਦੇ ਅਨੇਕਾਂ ਪ੍ਰਕਾਰ ਦੇ ਲਾਲਚ ਦਿੱਤੇ। ਉਹਨਾਂ ਨਿੱਕੀਆਂ ਪਰ ਮਹਾਨ ਸ਼ਖਸੀਅਤਾਂ ਨੂੰ ਕੋਈ ਵੀ ਲੋਭ, ਲਾਲਚ ਅਤੇ ਅਕੀਦੇ ਤੋਂ ਡੁਲਾ ਨਾ ਸਕਿਆ।
ਉਸ ਵੇਲੇ ਗੁੱਸੇ ਵਿੱਚ ਆਏ ਹਾਕਮਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਝੰਜੋੜਿਆ, ਉਹਨਾਂ ਤੇ ਸਖ਼ਤੀ ਕੀਤੀ ਤੇ ਸਖ਼ਤੀ ਨਾਲ ਇਸਲਾਮ ਕਬੂਲ ਕਰ ਲੈਣ ਲਈ ਕਿਹਾ। ਛੋਟੇ ਬੱਚਿਆਂ ਨੂੰ ਡਰਾਬੇ ਦਿੱਤੇ, ਪਕੜ ਕੇ ਸਰੀਰਾਂ ਨੂੰ ਇੱਦਾਂ ਜਿੱਦਾਂ ਝੰਜੋੜਿਆ, ਉਹਨਾਂ ਦੇ ਉੱਤੇ ਸਰੀਰਕ ਤੇ ਮਾਨਸਿਕ ਦਬਾਅ ਵੀ ਪਾਉਣ ਦਾ ਯਤਨ ਕੀਤਾ, ਪਰ ਸਰੀਰਕ ਤੇ ਮਾਨਸਿਕ ਦਬਾਅ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦਾਂ ਉਹਨਾਂ ਸਪੁੱਤਰਾਂ ਉਹਨਾਂ ਲਾਲਾਂ ਨੂੰ ਆਪਣੇ ਧਰਮ ਤੋਂ ਨਖੇੜ ਨਾ ਸਕਿਆ। ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਬਿਨਾਂ ਕੱਪੜੇ ਤੇ ਬਿਨਾਂ ਭੋਜਨ ਦੇ ਇਹਨਾਂ ਨੂੰ ਵੀ ਠੰਡੇ ਬੁਰਜ ਵਿੱਚ ਉੱਥੇ ਹੀ ਡੱਕ ਕੇ ਰੱਖਿਆ ਜਾਵੇ ਤੇ ਇਹਨਾਂ ਨੂੰ ਕਿਸੇ ਨੂੰ ਮਿਲਣ ਨਾ ਦਿੱਤਾ ਜਾਵੇ, ਪੈਰਾ ਹੋਰ ਵੀ ਸਖ਼ਤ ਕਰ ਦਿਓ। ਪਾਪੀ ਵਜ਼ੀਦੇ ਦਾ ਇਹ ਹੁਕਮ ਪਾਪਾਂ ਨਾਲ ਭਰ ਚੁੱਕੀ ਬੇੜੀ ਵਿੱਚ ਹੋਰ ਭਾਰ ਪਾਉਣ ਦੇ ਤੁਲ ਸੀ। ਦੁਪਹਿਰ ਦੇ ਗਏ, ਮੁੜ ਵਾਪਸ ਨਹੀਂ ਸੀ ਆਏ। ਦਾਦੀ ਮਾਂ ਕਿਸੇ ਅਣਹੋਣੀ ਤੋਂ ਡਰਦੀ ਵਾਰ ਵਾਰ ਬੁਰਜ ਦੀਆਂ ਪੌੜੀਆਂ ਵੱਲ ਤੱਕਦੀ ਰਹੀ। ਸਭ ਤੋਂ ਵੱਡੀ ਅਣਹੋਣੀ ਉਸ ਲਈ ਧਰਮ ਤੋਂ ਡਿੱਗ ਜਾਣਾ ਸੀ। ਇਹ ਸੋਚ ਦਾਦੀ ਦੇ ਹੌਲ ਪੈਣ ਲੱਗਦਾ। ਸਿਪਾਹੀ ਦੋਨਾਂ ਨੂੰ ਲੈ ਕੇ ਆ ਗਏ। ਦਾਦੀ ਮਾਂ ਨੇ ਅੱਗੇ ਹੋ ਕੇ ਨਿੱਕੀਆਂ ਜਿੰਦੜੀਆਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਕਿੰਨੀ ਦੇਰ ਇਸੇ ਤਰ੍ਹਾਂ ਹੀ ਖੜੀ ਰਹੀ, ਮਾਸੂਮਾਂ ਨੂੰ ਨਾਲੋਂ ਲਾਉਣ ਨੂੰ ਚਿੱਤ ਹੀ ਨਾ ਕੀਤਾ ਮਾਤਾ ਦਾ। ਬਹੁਤ ਪਿਆਰ ਦੇ ਕੇ ਦਾਦੀ ਨੇ ਸਾਰੇ ਦਿਨ ਦਾ ਸਾਰਾ ਹਾਲ ਖੋਲ੍ਹ ਕੇ ਪੁੱਛਿਆ। ਦਾਦੀ ਮਾਂ ਦੀ ਗੋਦ ਵਿੱਚ ਬੈਠ ਕੇ ਪੋਤਿਆਂ ਨੇ ਸਾਰੇ ਦਿਨ ਦੀ ਬੀਤੀ ਇੱਕ ਇੱਕ ਗੱਲ ਦਾਦੀ ਨੂੰ ਸੁਣਾ ਦਿੱਤੀ। ਉਹ ਸੁਣ ਕੇ ਬਹੁਤ ਖੁਸ਼ ਹੋਈ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਦੀ ਪ੍ਰੇਰਣਾ ਦਿੱਤੀ। ਉਸ ਵਕਤ ਨੰਗੇ ਫਰਸ਼ ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲਏ ਮਸੂਮਾਂ ਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਹਲੇ ਸੁਣਾਏ। ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਹੀਂ ਆਉਣਾ, ਇਹ ਰਾਜ ਭਾਗ ਸਭ ਝੂਠੇ ਨੇ, ਗੁਰੂ ਨਾਨਕ ਦਾ ਘਰ ਹੀ ਸੱਚਾ ਹੈ, ਇਸ ਨਾਲ ਸਦਾ ਹੀ ਜੁੜੇ ਰਹਿਣਾ। ਇਸ ਤਰ੍ਹਾਂ ਮਾਤਾ ਨੇ ਉਹਨਾਂ ਬੱਚਿਆਂ ਨੂੰ ਸਿੱਖਿਆ ਦਿੱਤੀ। ਬੱਚਿਓ, ਪੁੱਤਰੋ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨੂੰ ਲਾਜ ਨਹੀਂ ਲੱਗਣ ਦੇਣੀ। ਇਸ ਤਰ੍ਹਾਂ ਦੀਆਂ ਸਿਦਕ ਦੀਆਂ ਸਾਖੀਆਂ ਸੁਣਾਉਂਦਿਆਂ ਸੁਣਾਉਂਦਿਆਂ ਦਾਦੀ ਮਾਂ ਨੰਨੀਆਂ ਜਾਨਾਂ ਦੇ ਸਿਰ ਆਪਣੀ ਗੋਦ ਵਿੱਚ ਰੱਖ ਕੇ ਸਾਰੀ ਰਾਤ ਨਿੱਗ ਦਿੰਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ। ਮੇਰੇ ਕਲਗੀਧਰ ਜੀ ਦੇ ਲਾਡਲੇ ਛੋਟੇ ਪੁੱਤਰਾਂ ਤੇ ਬਿਰਧ ਮਾਤਾ ਜੀ ਨੇ ਅੱਤ ਠਰੀ ਹੋਈ ਰਾਤ ਚਾਰੋਂ ਪਾਸਿਆਂ ਤੋਂ ਆਉਂਦੀ ਹਵਾ ਵਿੱਚ ਤਨ ਦੇ ਬਹੁਤੇ ਮੋਟੇ ਕੱਪੜਿਆਂ ਤੋਂ ਬਿਨਾਂ ਕੁਝ ਛਕਿਆਂ ਭੁੰਜੇ ਨੰਗੇ ਫਰਸ਼ ਦੇ ਉੱਤੇ 1700 ਬਿਕਰਮੀ 25 ਦਸੰਬਰ 1704 ਈਸਵੀ ਨੂੰ ਸਖ਼ਤ ਪੈਰੇ ਹੇਠ ਠੰਡੇ ਬੁਰਜ ਵਿੱਚ ਸਰਹੰਦ ਵਿੱਚ ਬਤੀਤ ਕੀਤੀ। ਜਿਸ ਪਿੱਪਲ ਦੇ ਦਰਖਤ ਥੱਲੇ ਆਣ ਕੇ ਰੱਥ ਖੜਾ ਹੋਇਆ, ਇੱਥੇ ਗੁਰਦੁਆਰਾ ਰਾਤ ਸਾਹਿਬ ਨਿੱਕੀਆਂ ਇੱਟਾਂ ਦੇ ਥੜੇ ਦੀ ਸ਼ਕਲ ਵਿੱਚ ਬਣਿਆ ਹੋਇਆ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨੇੜੇ ਹੀ ਲਾਈਨ ਟੱਪ ਕੇ ਬੱਸੀ ਪਠਾਣਾ ਨੂੰ ਜਾਂਦੀ ਸੜਕ ਉੱਤੇ ਇਹ ਸਥਿਤ ਹੈ। ਇਸ ਦੇ ਆਲੇ ਦੁਆਲੇ ਦੇ ਖੇਤ ਵਗਦੇ ਹਨ, ਕੋਈ ਰਸਤਾ ਨਹੀਂ ਹੈ। ਜਿਸ ਨੂੰ ਇਸ ਬਾਰੇ ਪਤਾ ਹੈ ਉਹੀ ਜਾਂਦਾ ਹੈ। ਹੁਣ ਇਹ ਅਸਥਾਨ ਦਾ ਪਤਾ ਲੱਗ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਅਸਥਾਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਹੁਣ ਤੇ ਬਹੁਤ ਹੀ ਸੋਹਣਾ ਇਹ ਅਸਥਾਨ ਬਣ ਗਿਆ ਹੈ ਰਾਤ ਸਾਹਿਬ। ਇੱਥੋਂ ਦੀ ਹੁਣ ਸਭ ਕੁਝ ਥਾਂ ਵੀ ਮਿਲ ਗਿਆ, ਸਭ ਕੁਝ ਹੋ ਗਿਆ। ਮੋਰਿੰਡੇ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਦੂਰੀ 20 ਕਿਲੋਮੀਟਰ ਦੀ ਹੈ ਸੰਗਤਾਂ ਦਰਸ਼ਨ ਕਰਨ ਜੀ। ਅੱਗੇ 6ਵੀਂ ਤੇ ਆਖਰੀ ਰਾਤ, ਵਜ਼ੀਰ ਖਾਂ ਹਰ ਸਖਤਾਈ ਕਰਕੇ
ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ। ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਇਸ ਲਈ ਭੇਜ ਦਿੱਤੇ ਸਨ ਕਿ ਪੋਤਿਆਂ ਦੀਆਂ ਜਾਨਾਂ ਦੀ ਸਲਾਮਤੀ ਲਈ ਮੌਤ ਦਾ ਭੈ ਡਰ ਮੰਨ ਕੇ ਬਿਰਧ ਦਾਦੀ ਇਹਨਾਂ ਨੂੰ ਇਸਲਾਮ ਕਬੂਲਣ ਲਈ ਕਹੇਗੀ। ਬਰਫ਼ ਵਰਗੀ ਠੰਡੀ ਰਾਤ ਦਾਦੀ ਪੋਤਿਆਂ ਨੇ ਕੱਟ ਲਈ। ਰਾਤ ਕਿਵੇਂ ਲੰਘੀ ਇਸ ਦਾ ਅੰਦਾਜ਼ਾ ਕੀ ਲਾਈਏ। ਇਸ ਸਖਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਤੇ ਪੁੱਤਰ ਹੀ ਲੰਘ ਸਕਦੇ ਸੀ, ਹੋਰ ਕੋਈ ਨਹੀਂ, ਹੋਰ ਦੇ ਵੱਸ ਦੀ ਗੱਲ ਨਹੀਂ। ਨਵਾਬ ਦਾ ਹੁਕਮ ਲੈ ਕੇ ਸਿਪਾਹੀ ਇਹਨਾਂ ਸਾਹਿਬਜ਼ਾਦਿਆਂ ਨੂੰ ਲੈਣ ਲਈ ਫਿਰ ਆ ਗਏ। ਦਾਦੀ ਨੇ ਜਾਣ ਲੱਗੇ ਪੋਤਿਆਂ ਨੂੰ ਫਿਰ ਯਾਦ ਕਰਾਇਆ ਕਿ ਆਪਣੇ ਬਾਬਾ ਜੀ ਤੇ ਪਿਤਾ ਜੀ ਦੀ ਸ਼ਾਨ ਨੂੰ ਕਾਇਮ ਰੱਖਣਾ ਹੈ, ਕਦੇ ਵੀ ਧਰਮ ਤੋਂ ਨਹੀਂ ਹਾਰਨਾ। ਸਿਪਾਹੀ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਤੁਰੇ। ਜ਼ੁਲਮ ਅੱਗੇ ਕੀ ਜ਼ੋਰ ਸੀ। ਦਾਦੀ ਬੁਰਜ ਵਿੱਚੋਂ ਦੂਰ ਤੱਕ ਦੇਖਦੀ ਰਹੀ, ਤੱਕਦੀ ਰਹੀ। ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਸੀ, ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ। ਇਹ ਨੀਤੀ ਦਾ ਇੱਕ ਪੈਂਤੜਾ ਸੀ ਕਿ ਜਦੋਂ ਸਿਰ ਨਿਵਾ ਕੇ ਲੰਘਣਗੇ ਤਾਂ ਕਚਹਿਰੀ ਵਿੱਚ ਬੈਠੇ ਸਾਰੇ ਅਮੀਰ ਵਜ਼ੀਰ ਕਹਿ ਦੇਣਗੇ ਕਿ ਬੱਚਿਆਂ ਨੇ ਨਵਾਬ ਅੱਗੇ ਸਿਰ ਝੁਕਾ ਦਿੱਤਾ ਹੈ। ਆਪਣੇ ਪਿਤਾ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾਂ ਆਪਣੇ ਪੈਰ ਅੱਗੇ ਲੰਘਾਏ ਤੇ ਪਿੱਛੋਂ ਸਿਰ ਲੰਘਾ ਅੰਦਰ ਚੱਲ ਗਏ। ਬੱਚਿਆਂ ਦੀ ਸੋਚ ਦੇਖ ਸਾਰੇ ਹੱਕੇ ਬੱਕੇ ਰਹਿ ਗਏ। ਸਿਰ ਝੁਕਾਉਣ ਵਾਲੀ ਨੀਤੀ ਵੀ ਫੇਲ ਹੋ ਗਈ। ਕਚਹਿਰੀ ਵਿੱਚ ਵੜਦਿਆਂ ਹੀ ਦੋਵਾਂ ਨੇ ਭਰਮੀ ਆਵਾਜ਼ ਵਿੱਚ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੀ ਗੂੰਜ ਅੱਗੇ ਪਹਿਲਾਂ ਨਾਲੋਂ ਵੀ ਜ਼ਿਆਦਾ ਸੁਣਾਈ ਦਿੱਤੀ। ਇਸ ਵਿੱਚ ਦਾਦੀ ਮਾਂ ਦੀ ਦਿੱਤੀ ਰਾਤ ਦੀ ਸਿੱਖਿਆ ਦਾ ਸੁਮੇਲ ਸੀ। ਵਜ਼ੀਰ ਖਾਂ ਬਲਦੀ ਪੱਠੀ ਵਾਂਗ ਪੁੱਜਣ ਲੱਗਾ। ਉਸਨੇ ਬਹੁਤ ਕ੍ਰੋਧ ਵਿੱਚ ਆ ਕੇ ਕਿਹਾ, ਕਹਿੰਦਾ ਤੁਹਾਡੇ ਇਹਨਾਂ ਲੱਛਣਾਂ ਕਰਕੇ ਬੱਚਿਓ ਤੁਸੀਂ ਬੁਰੀ ਮੌਤ ਮਾਰੇ ਜਾਓਗੇ। ਤਸੀਹੇ ਇੰਨੇ ਸਖਤ ਹੋਣਗੇ ਕਿ ਤੁਸੀਂ ਕੁਰਲਾ ਉੱਠੋਗੇ, ਚੱਲ ਨਹੀਂ ਸਕੋਗੇ। ਤੇ ਨਾਲ ਆਖਿਆ ਤੁਹਾਡੀ ਕੁਰਲਾਹਟ ਵੀ ਕੋਈ ਨਹੀਂ ਸੁਣੇਗਾ। ਮੇਰੀ ਗੱਲ ਮੰਨੋ, ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ। ਧਨ ਦੌਲਤ ਤੇ ਜ਼ਗੀਰਾਂ ਹਾਸਲ ਕਰਕੇ ਰਾਜ ਭਾਗ ਭੋਗ ਲਓ। ਸਾਹਿਬਜ਼ਾਦਿਆਂ ਕਿਹਾ, ਰਾਜ ਭਾਗ ਚਾਰ ਦਿਨ ਦੀ ਖੇਡ ਹੈ, ਮਰ ਤਾਂ ਫਿਰ ਵੀ ਜਾਣਾ ਹੈ। ਆਪਣੇ ਧਰਮ ਨੂੰ ਛੱਡ ਕੇ ਜਿਉਣਾ ਸਾਡੇ ਲਈ ਪਾਪ ਹੈ। ਵਜ਼ੀਰ ਖਾਂ ਕੁਝ ਬੋਲਦਾ, ਸੁੱਚਾਨੰਦ ਕੋਲ ਆ ਕਹਿਣ ਲੱਗਾ, ਬੱਚਿਓ ਤੁਸੀਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਓ, ਐਵੇਂ ਆਪਣੀ ਜਿੰਦ ਨਾ ਗਵਾਓ, ਤੁਹਾਡੇ ਕੋਲ ਬਹੁਤ ਧਨ ਪਦਾਰਥ ਹੋਵੇਗਾ, ਲੋਕ ਸਲਾਮਾਂ ਕਰਨਗੇ, ਤੁਹਾਡਾ ਹੁਕਮ ਮੰਨਣਗੇ ਹਰ ਸੁੱਖ ਆਰਾਮ ਪ੍ਰਾਪਤ ਕਰਨ ਲਈ। ਨਵਾਬ ਸਾਹਿਬ ਦਾ ਕਹਿਣਾ ਮੰਨ ਕੇ ਇਸਲਾਮ ਕਬੂਲ ਕਰ ਲਵੋ। ਇਹ ਸੁਣ ਦੋਨਾਂ ਨੇ ਠੋਕ ਕੇ ਉੱਤਰ ਦਿੱਤਾ, ਲੋਭ ਲਾਲਚ ਦੇ ਛਲਾਵਿਆਂ ਵਿੱਚ ਆ ਕੇ ਜਾਂ ਮੌਤ ਦੇ ਡਰ ਮੰਨ ਕੇ ਅਸੀਂ ਕਦੇ ਈਨ ਨਹੀਂ ਮੰਨਾਂਗੇ। ਸਾਡੇ ਬਾਬਾ ਜੀ ਨੇ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ। ਸਾਡੇ ਪਿਤਾ ਜੀ ਨੇ ਕਿਹਾ ਹੈ, ਜ਼ੁਲਮ ਅੱਗੇ ਨਿਵ ਜਾਣਾ ਕਾਇਰਤਾ ਹੈ, ਬੁਜ਼ਦਿਲ ਬਣ ਕੇ ਜਾਣ ਨਾਲੋਂ ਮਰ ਜਾਣਾ 23 ਗੁਣਾ ਬਿਹਤਰ ਸਮਝਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਦਾਦੀ ਮਾਂ ਗੁਜਰੀ ਜੀ ਦੇ ਪੁੱਤਰੇ ਹਾਂ, ਆਪਣੇ ਪਿਤਾ ਜੀ ਦੀ ਸ਼ਾਨ ਨੂੰ ਸਦਾ ਕਾਇਮ ਰੱਖਾਂਗੇ। ਕਥਾ ਗੁਰੂ ਕੇ ਸੁਤਨ ਵਿੱਚ ਇਸ ਤਰ੍ਹਾਂ ਆਉਂਦਾ ਹੈ ਦੋਹਰਾ, ਗੋਬਿੰਦ ਸਿੰਘ ਕੇ ਪੁੱਤ ਹਮ, ਦਾਦੀ ਗੁਜਰੀ ਪਾਹੇ, ਫਤਿਹ ਸਿੰਘ ਜੋਰਾਵਰ ਸਿੰਘ ਨਾਮ ਹਮਾਰੇ ਆਹੇ। ਸਾਹਿਬਜ਼ਾਦਿਆਂ ਦੇ ਭਾਰੀ ਜਵਾਬ ਸੁਣ ਕੇ ਸੁੱਚਾ ਆਨੰਦ ਦਾ ਕਫਟੀ ਮਨ ਸੜਨ ਲੱਗਾ।
ਅਣਖ ਤੇ ਸੱਚ ਦੇ ਬੋਲ ਪਾਪੀ ਮਨ ਤੋਂ ਸਹਾਰ ਨਾ ਹੋਏ। ਉਸਨੇ ਨਵਾਬ ਵੱਲ ਮੂੰਹ ਕਰਕੇ ਕਿਹਾ, ਕਹਿੰਦਾ, ਨੀਕੇ ਬਾਲਕ ਤੁਮ ਮਤ ਜਾਨੋ ਨਾਗੋ ਕੇ ਇਹ ਪੂਤ ਬਖਾਨੋ, ਤੁਮਰੇ ਹਾਥ ਆਜ ਯਹ ਆਏ ਕਰਹੋ ਅਬੈ ਆਪਣੋ ਮਨ ਭਾਏ। ਨਵਾਬ ਸਾਹਿਬ, ਇਹਨਾਂ ਨੂੰ ਛੋਟੇ ਨਾ ਜਾਣਿਓ, ਇਹ ਸੱਪ ਦੇ ਪੁੱਤਰ ਜਹਿਲ ਉਗਦੇ ਉਗਲਦੇ ਹੋਏ ਸਪੋਲੀਏ ਹਨ। ਇਹ ਮਸੀਹ ਹੱਥ ਆਏ ਨੇ, ਇਹਨਾਂ ਨੂੰ ਆਪਣੇ ਮਨ ਪਾਉਂਦੀ ਸਜ਼ਾ ਦੇ ਕੇ ਮਾਰ ਦਿਓ, ਵੱਡੇ ਹੋ ਕੇ ਸਰਕਾਰ ਦੇ ਬਾਗੀ ਬਣਨਗੇ। ਇਹਨਾਂ ਦੇ ਪਿਤਾ ਨੇ ਸਰਕਾਰ ਨਾਲ ਕਿਵੇਂ ਆਡਾ ਲਾਇਆ ਹੋਇਆ ਹੈ ਇਹ ਵੀ ਸਾਨੂੰ ਪਤਾ ਹੈ, ਤੇ ਇਹ ਵੀ ਵੱਡੇ ਹੋ ਕੇ ਉਹ ਕੁਝ ਕਰਨਗੇ। ਨਾਲ ਆਖਿਆ, ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ। ਨਵਾਬ ਵਜ਼ੀਰ ਖਾਂ ਭੜਕ ਉੱਠਿਆ। ਸੁੱਚਾ ਨੰਦ ਦੀਆਂ ਗੱਲਾਂ ਬਲਦੀ ਤੇ ਤੇਲ ਪਾਉਣ ਵਾਂਗੂ ਕੰਮ ਕਰ ਗਈਆਂ। ਨਵਾਬ ਨੇ ਕਾਜ਼ੀ ਨੂੰ ਕਿਹਾ, ਇਹਨਾਂ ਨੂੰ ਸ਼ਰ੍ਹਾਂ ਮੁਤਾਬਕ ਫਤਵਾ ਲਾਓ, ਸੁਣਾਓ ਫਤਵਾ, ਇਹ ਬੱਚੇ ਛੱਡਣ ਯੋਗ ਨਹੀਂ ਹਨ। ਕਾਜ਼ੀ ਨੇ ਕਿਹਾ, ਇਹ ਬੱਚੇ ਇਸਲਾਮ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ। ਇਹਨਾਂ ਦਾ ਪਿਤਾ ਸਰਕਾਰ ਦਾ ਬਾਗੀ ਏ। ਆਪ ਸਾਰਿਆਂ ਨੇ ਸੁਣਿਆ ਕਿ ਇਹ ਆਪਣੇ ਬਾਪ ਦੀਆਂ ਲੀਹਾਂ 'ਤੇ ਚੱਲਣ ਦੀ ਕਹਿ ਰਹੇ ਨੇ। ਇਹਨਾਂ ਨੂੰ ਬੱਚੇ ਜਾਣ ਕੇ ਇਸੇ ਤਰ੍ਹਾਂ ਨਰਮੀ ਨਾ ਵਰਤੀ ਜਾਏ, ਕਿਸੇ ਤਰ੍ਹਾਂ ਵੀ ਇਹਨਾਂ ਦੇ ਨਾਲ ਨਰਮੀ ਨਾਲ ਪੇਸ਼ ਨਾ ਆਇਆ ਜਾਏ। ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚਿਣ ਦਿੱਤਾ ਜਾਵੇ, ਸ਼ਰ੍ਹਾਂ ਦੇ ਕਾਨੂੰਨ ਮੁਤਾਬਕ ਇਹੋ ਸਜ਼ਾ ਦਿੱਤੀ ਜਾਵੇ। ਕਾਜ਼ੀ ਦਾ ਫਤਵਾ ਸੁਣ ਭਰੀ ਕਚਹਿਰੀ ਵਿੱਚ ਚੁੱਪ ਵਰਤ ਗਈ। ਇਹਨਾਂ ਬੱਚਿਆਂ ਮੁਤਾਬਕ ਇੰਨਾ ਕਰੜਾ ਫਤਵਾ ਸੁਣਾਇਆ ਜਾਵੇਗਾ, ਇਸ ਦੀ ਕਿਸੇ ਨੂੰ ਆਸ ਨਹੀਂ ਸੀ। ਵਜ਼ੀਰ ਖਾਨ ਨੇ ਕਚਹਿਰੀ ਵਿੱਚ ਬੈਠੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕੋਲ ਸੱਦਿਆ। ਉਸ ਦੇ ਨਾਲ ਖਿਜ਼ਰ ਖਾਂ, ਉਸਦਾ ਭਰਾ ਵੀ ਆਇਆ ਹੋਇਆ ਸੀ। ਇਹਨਾਂ ਦੋਨਾਂ ਨੂੰ ਵਜ਼ੀਰ ਖਾਨ ਨੇ ਕਿਹਾ, ਤੁਹਾਡਾ ਭਰਾ ਨਾਹਰ ਖਾਂ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਚਮਕੌਰ ਗੜੀ ਵਿੱਚ ਮਾਰਿਆ ਗਿਆ ਸੀ। ਹੁਣ ਮੌਕਾ ਹੈ, ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ। ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ। ਜਦੋਂ ਇਹ ਗੱਲ ਆਖੀ ਤੇ ਉਸ ਵੇਲੇ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਭਰੀ ਕਚਹਿਰੀ ਵਿੱਚ ਇਹ ਗੱਲ ਆਖੀ, ਕਹਿੰਦਾ ਹੈ, ਸ਼੍ਰੀ ਗੁਰਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਪੰਗੂ ਨੇ ਪੇਜ ਨੰਬਰ 108 ਉੱਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਛਾਪਿਆ ਗਿਆ ਉਹ ਲਿਖਦੇ ਹਨ, ਪੰਥ ਪ੍ਰਕਾਸ਼ ਵਿੱਚ ਸ਼ੇਰ ਮੁਹੰਮਦ ਨਹਿਗਨੀ ਬੋਲਿਓ ਸ਼ੀਸ਼ ਹਿਲਾਏ ਹਮ ਮਾਰੇ ਸ਼ੀਰ ਖੋਰਿਆਂ ਜਗ ਮੈਂ ਆਉ ਜਸ ਆਏ। ਕਹਿੰਦਾ, ਇਹਨਾਂ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਖੱਟਣੀ, ਜੱਗ ਦੇ ਵਿੱਚ ਬਦਨਾਮੀ ਹੋਵੇਗੀ। ਹਾਂ, ਜੇ ਅਸੀਂ ਆਪਣੇ ਭਰਾ ਦਾ ਬਦਲਾ ਲੈਣਾ ਹੈ ਤੇ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਲਵਾਂਗੇ। ਉਸਦੇ ਬੇਕਸੂਰ ਅਤੇ ਛੋਟੇ ਛੋਟੇ ਬੱਚਿਆਂ ਨੂੰ ਮਾਰ ਕੇ ਅਸੀਂ ਇਹਨਾਂ ਪਾਪਾਂ ਦੇ ਭਾਗੀਦਾਰ ਹਿੱਸੇਦਾਰ ਨਹੀਂ ਬਣਾਂਗੇ। ਨਵਾਬ ਸਾਹਿਬ ਮਾਸੂਮ ਦੁੱਧ ਪੀਂਦੇ ਬੱਚਿਆਂ ਨੂੰ ਬੇਕਸੂਰ ਨੀਹਾਂ ਵਿੱਚ ਚਿਣਾ ਕੇ ਮਾਰਨਾ ਸ਼ਰ੍ਹਾਂ ਦੇ ਵਿਰੁੱਧ ਹੈ, ਇਹਨਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਹੈ। ਇਹ ਅਨਿਆਏ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਇਹੋ ਹਾ ਦਾ ਨਾਰਾ ਮਾਰਦੇ ਹੋਏ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਅਤੇ ਉਸਦਾ ਭਰਾ ਖਿਜ਼ਰ ਖਾਂ ਉੱਠ ਕੇ ਕਚਹਿਰੀ ਤੋਂ ਬਾਹਰ ਚਲੇ ਗਏ। ਸੱਚ ਦੀ ਆਵਾਜ਼ ਕੂੜ ਦੇ ਪਸਾਰੇ ਵਿੱਚ ਸ਼ੇਰ ਮੁਹੰਮਦ ਖਾਂ ਦੇ ਨਾਲ ਹੀ ਚਲੀ ਗਈ। ਸਾਰੀ ਕਚਹਿਰੀ ਵਿੱਚ ਸੁੱਚਾ ਨੰਦ ਵਰਗੇ ਅਨੇਕਾਂ ਚਾਪਲੂਸ ਤਲੇ ਚੱਟਣ ਵਾਲਿਆਂ ਦੀ ਘਾਟ ਨਹੀਂ ਸੀ। ਸਾਰਿਆਂ ਅਮੀਰਾਂ ਵਜ਼ੀਰਾਂ ਨੇ ਕਿਹਾ, ਨਵਾਬ ਸਾਹਿਬ, ਇਹਨਾਂ ਬੱਚਿਆਂ ਨੂੰ ਥੋੜ੍ਹਾ ਸਮਾਂ ਸੋਚਣ ਦਾ ਦਿੱਤਾ ਜਾਵੇ, ਜੇਕਰ ਇਹ ਇਸਲਾਮ ਵਿੱਚ ਆ ਜਾਣ ਤਾਂ ਠੀਕ ਹੈ, ਨਹੀਂ ਤਾਂ ਫਤਵੇ ਅਨੁਸਾਰ ਮਾਰ ਦਿੱਤੇ ਜਾਣ।
ਇਹਨਾਂ ਦਾ ਜਿਉਂਦੇ ਰਹਿਣਾ ਇਸਲਾਮ ਧਰਮ ਲਈ ਖਤਰਾ ਹੈ। ਨਵਾਬ ਨੇ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਦਿੱਤਾ। ਜਾਣ ਲੱਗੇ ਸਾਹਿਬਜ਼ਾਦਿਆਂ ਨੂੰ ਫਿਰ ਕਿਹਾ, ਅਜੇ ਵੀ ਸਮਾਂ ਹੈ, ਕੱਲ੍ਹ ਸਵੇਰ ਤੱਕ ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਤੁਹਾਨੂੰ ਬੁਰੀ ਮੌਤੇ ਮਾਰ ਦਿੱਤਾ ਜਾਏਗਾ। ਹੋਰ ਵੀ ਪਤਾ ਨਹੀਂ ਕਿੰਨੀਆਂ ਸਜਾਵਾਂ ਦਿੱਤੀਆਂ ਜਾਣਗੀਆਂ, ਹੋਰ ਵੀ ਕਈਆਂ ਨੇ ਕਈ ਕੂੜ ਦੀਆਂ ਪੱਟੀਆਂ ਪੜਾਉਣੀਆਂ ਚਾਹੀਆਂ। ਦੋਨਾਂ ਦੇ ਚਿਹਰੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣ ਕੇ ਵੀ ਰੱਤੀ ਭਰਨਾ ਕੁਮਲਾਏ ਸ਼ਾਂਤ ਤੇ ਅਡੋਲ ਚਿੱਤ ਸਭ ਕੁਝ ਸੁਣਦੇ ਰਹੇ। ਅਮੀਰਾਂ ਵਜ਼ੀਰਾਂ ਦੇ ਬੋਲ, ਮਾਰ ਦਿੱਤੇ ਜਾਓਗੇ, ਬੁਰੀ ਮੌਤ ਮਾਰਨਗੇ, ਨੀਹਾਂ ਵਿੱਚ ਜਿਉਂਦੇ ਚਿਣ ਦਿੱਤੇ ਜਾਓਗੇ, ਕਸ਼ਟਾਂ ਭਰੀ ਮੌਤ ਆਵੇਗੀ, ਸਭ ਕੁਝ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੁੱਤਰ ਪੂਰੀ ਤਰ੍ਹਾਂ ਅਡੋਲਤਾ ਵਿੱਚ ਰਹੇ। ਸਿਪਾਹੀ ਕਚਹਿਰੀਆਂ ਵਿੱਚੋਂ ਠੰਡੇ ਬੁਰਜ ਵੱਲ ਲੈ ਤੁਰੇ। ਲੋਕਾਂ ਦੀ ਭੀੜ ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ ਦੇਖ ਕੇ ਹੈਰਾਨ ਹੁੰਦੀ ਕਿ ਦੋਨਾਂ ਦੇ ਚਿਹਰਿਆਂ 'ਤੇ ਮੌਤ ਦੇ ਡਰ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈ। ਸਿਪਾਹੀ ਠੰਡੇ ਬੁਰਜ ਵਿੱਚ ਛੱਡ ਆਏ। ਦੇਰ ਦੀ ਉਡੀਕਦੀ ਦਾਦੀ ਮਾਂ ਦੋਵਾਂ ਨੂੰ ਖਲਾਵੇ ਵਿੱਚ ਲੈ ਕੇ ਪਿਆਰ ਦੇ ਵੇਗ ਵਿੱਚ ਵਹਿ ਤੁਰੀ। ਕਦੇ ਸਿਰ ਪੜੋਸਦੀ, ਕਦੇ ਨਿੱਕੇ ਨਿੱਕੇ ਹੱਥ ਆਪਣੇ ਹੱਥਾਂ ਵਿੱਚ ਲੈਂਦੀ, ਕਦੇ ਮੁੱਖ ਚੁੰਮਦੀ, ਵਾਰ ਵਾਰ ਆਪਣੇ ਸੀਨੇ ਨਾਲ ਲਾ ਗੋਦੀ ਵਿੱਚ ਘੁੱਟ ਲੈਂਦੀ। ਸਾਰੇ ਦਿਨ ਵਿੱਚ ਜੋ ਕੁਝ ਹੋਇਆ ਸਾਰੀ ਵਾਰਤਾ ਦਾਦੀ ਮਾਂ ਨੇ ਪੁੱਛੀ। ਦੋਵਾਂ ਵੀਰਾਂ ਨੇ ਹੋਈ ਬੀਤੀ ਪੂਰੇ ਹੌਸਲੇ ਨਾਲ ਸੁਣਾਈ। ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਕਿ ਸਾਨੂੰ ਨੀਹਾਂ ਵਿੱਚ ਜਿਉਂਦੇ ਚਿਣ ਕੇ ਮਾਰਨ ਦਾ ਫਾਤਮਾ ਸੁਣਾਇਆ ਗਿਆ ਹੈ। ਮਾਂ, ਕੱਲ੍ਹ ਸਵੇਰੇ ਤੱਕ ਦਾ ਸਮਾਂ ਇਸਲਾਮ ਕਬੂਲਣ ਦਾ ਦੇ ਕੇ ਸਾਨੂੰ ਤੁਹਾਡੇ ਕੋਲ ਵਾਪਸ ਭੇਜ ਦਿੱਤਾ ਗਿਆ ਹੈ। ਇਹ ਸੁਣ ਕੇ ਦਾਦੀ ਮਾਂ ਦੀਆਂ ਅੰਦਰਾਂ ਨੂੰ ਧੂਹ ਪੈ ਗਈ। ਆਪਣੇ ਢਿੱਡ ਨਾਲ ਕਿੰਨੀ ਦੇਰ ਲਾ ਖਾਮੋਸ਼ ਬੈਠੀ ਨੇ, ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਚਰ ਲਿਆ। ਧਰਮ ਰੱਖਿਅਕ ਮਾਤਾ ਗੁਜਰ ਕੌਰ ਜੀ, ਜਿਸ ਨੇ ਖਿੜੇ ਮੱਥੇ ਆਪਣੇ ਪਤੀ ਨੂੰ ਦਿੱਲੀ ਸੀਸ ਦੇਣ ਸਮੇਂ ਸਿਦਕ ਤੇ ਸਿਰੜਤੀਆਂ ਰਾਹਾਂ ਦੇਖੀਆਂ ਸਨ, ਆਪਣੇ ਪੋਤਿਆਂ ਨੂੰ ਪੂਰੀ ਦਲੇਰੀ ਦੇ ਕੇ ਉਹਨਾਂ ਰਾਹਾਂ ਤੇ ਤੁਰਨ ਲਈ ਕਿਹਾ। ਧਰਮ ਨਾਲੋਂ ਜਾਨ ਨੂੰ ਪਿਆਰੀ ਨਹੀਂ ਸਮਝਣਾ ਬੱਚਿਓ, ਪੁੱਤਰੋ, ਗੁਰੂ ਨਾਨਕ ਦੇਵ ਜੀ ਦਾ ਘਰ ਧਰਮ ਲਈ ਸਿਰਵਾਰ ਦਾ ਆਇਆ ਹੈ। ਸਿੱਖੀ ਸਿਦਕ ਨਿਭ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਹੈ। ਦਾਦੀ ਮਾਂ ਸਮੇਂ ਦੇ ਗੇੜ ਨੂੰ ਸਮਝ ਗਈ, ਕੁਰਬਾਨੀ ਵੱਲ ਮੂੰਹ ਕਰ ਚੁੱਕੀ ਹੈ। ਉਹ ਆਪਣੇ ਪੋਤਿਆਂ ਨੂੰ ਧਰਮ ਵੱਲ ਅਟਲ ਰਹਿਣ ਲਈ ਪੱਕਿਆਂ ਕਰਦੀ ਜੀਵਨ ਜੁਗਤੀ ਦੱਸਦੀ ਰਹੀ। ਮਾਤਾ ਜੀ ਸਮਝ ਗਏ ਕਿ ਹੁਣ ਸਿਰ ਦਿੱਤੇ ਬਿਨਾਂ ਧਰਮ ਨਹੀਂ ਰਹੇਗਾ। ਆਪਾ ਵਾਰਨਾ ਉਸ ਨੂੰ ਵਿਰਾਸਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲਿਆ ਸੀ। ਸਾਰੀ ਰਾਤ ਗੋਦੀ ਵਿੱਚ ਪੋਤਿਆਂ ਨੂੰ ਲੈ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੀ ਰਹੀ ਕਿ ਹੇ ਵਾਹਿਗੁਰੂ, ਇਹਨਾਂ ਮਾਸੂਮ ਜਿੰਦੜੀਆਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਨਿਭ ਜਾਵੇ। ਸੰਗਤ ਜੀ, ਇਹ ਮਨਹੂਸ ਰਾਤ ਬਰਫ ਵਰਗੀ ਸ਼ੀਤ ਲਹਿਰ ਤੇ ਮੌਤ ਦੇ ਪਰਛਾਵੇਂ ਹੇਠ ਦਾਦੀ ਮਾਂ ਤੇ ਪੋਤਿਆਂ ਨੇ ਬਿਨਾਂ ਅੰਨ, ਬਿਨਾਂ ਮੋਟੇ ਵਸਤਰਾਂ, ਮਾਨਸਿਕ ਤੇ ਸਰੀਰਕ ਤਸੀਹੇ ਚੱਲਦਿਆਂ 1761 ਬਿਕਰਮੀ 26 ਦਸੰਬਰ 1704 ਈਸਵੀ ਨੂੰ ਠੰਡੇ ਬੁਰਜ ਸਰਹੰਦ ਵਿੱਚ ਕੱਟੀ। ਗੁਰੂ ਪਰਿਵਾਰ ਨਾਲੋਂ ਵਿਛੜ ਕੇ ਉਹਨਾਂ ਦੇ ਜੀਵਨ ਦੀ ਆਖਰੀ ਰਾਤ ਹੋ ਨਿਪੜੀ। ਇਹ ਆਖਰੀ ਰਾਤ ਸੀ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਉਹਨਾਂ ਦੀ। ਇਹ ਵੀ ਦੱਸ ਦਈਏ, ਸੂਚਨਾ ਹੈ ਕਿ ਦੁਸ਼ਟ ਸੁੱਚਾ ਆਨੰਦ ਦਾ ਗੁਰੂ ਘਰ ਨਾਲ ਈਰਖਾ ਕਰਨ ਦਾ ਇਹ ਕਾਰਨ ਇਤਿਹਾਸਾਂ ਵਿੱਚ ਲਿਖਿਆ ਹੈ।
कि वह अपनी लड़की का रिश्ता गुरु गोबिंद सिंह जी के वड्डे साहिबजादे नाल करना चाहता सी। पर गुरु जी ने यह रिश्ता मंजूर नहीं सी कीता। भाई दुन्ना सिंह हंडूरिया लिखते हैं, जब टिक्का तुम ग्रह गयो तुम्हें सो मोड़ दयो, तान मलेशें खात हो हमको यो कहो चौपाई, तब तुम टिक्का दियो हटाई अब मलेश ग्रह क्यों तू आई, झूठे के मन खुनस जबकि तुरकन पास पुकारियो तब ही। और भाई रतन सिंह पंगू भी यह गवाही पंथ प्रकाश विच पढ़ते हुए कहते ने, और खत्री हो तो सुचानंद नाम, कित कल्ले उथो करन साक गुरधाम, गुरु ना मन्यो उस राख्यो याद, इम कर समझियो उन वह बाद। पापी सुचानंद का ईरखा करन का सब तो वड्डा कारण असल विच ए सी कि वह पत्थर दिन पत्थर दिल मनहूस मकार ते वजीर खान का सब तो वड्डा तले चट चापलूस सी। भावें कि यह भी पक्ष हो सकता है कि उन्हें रिश्ता भेजा होवे, पर वह इंसान दरअसल बहुत वड्डा चापलूस सी। वह सदा ही नवाब का जी हजूरिया बन के उस तो कुछ हासिल करन दे दाव विच लगा रहिंदा सी। उस दे दिल विच दया नां दी कोई चीज़ नहीं सी। नवाब दे तले चढ़ने उसकी आत्मा विच्चों इंसानियत पूरी तरह खत्म हो चुकी सी। इसे कारण ही उस गए गुजरे पापी दे मन अंदर सदा भैड़े कर्म की सोच बनी रहिंदी सी। इस दहशत गर्द कमीने ने सोटी नाल बन्ने छांटे दियां मारा मार के निक्कियां जिंदां दे फुल्लां जिहे कोमल शरीरां नूं चंबिया सी। सिख कौम दे हिरदे ते जिंदां दे फुल्लां जिहे कोमल शरीरां नूं चंबिया सी, जो सिख कौम दे हिरदे ते अज वी सट्टां मारदियां हन। दुन्ना सिंह इस दर्द दा दुख महसूस करदा इस तरह लिखदा है, खमची साथ जो लग्गा है तबै दुख देव नंग, एह सवालक फूल धूप नह खेवन। इत्थे तक आपां छे रातां दा वर्णन सुनिया है। अगे आपां भाई मोती राम मेहरा उहदी कुरबानी नूं भी भुल नहीं सकते, और नाल ही साहिबजादियां दीआं शहीदियां वाली दास्तान वह भी आपां सरवण करांगे अगले प्रसंग दे विच। सुता माछी वाड़े कैद विच लालनी, देख तकदीरे माता गुजरी दालनी, देख तकदीरे माता गुजरी दालनी, पुत सुता माछी वाड़े कैद विच लालनी, पुत सुता माछी वाड़े कैद विच लालनी, पुत सुता माछी वाड़े कैद विच लालनी।